ਤੇ ਮੁੱਦੇ ਨੂੰ ਲੈ ਕੇ ਲਗਾਤਾਰ ਸਰਕਾਰ ਜਿਹੜੀ ਹੈ ਨਵੇਂ ਪ੍ਰੋਗਰਾਮ ਉਲੀਕ ਰਹੀ ਹੈ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਚਾਇਤ ਮੰਤਰੀ ਜਿਹੜੇ ਨੇ ਕੁਲਦੀਪ ਢਾਲੀਵਾਲ ਹੈ ਲਗਾਤਾਰ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਜਿਹੜੇ ਨੇ ਐਕਸਪੈਰੀਮੈਂਟਸ ਨਵੇਂ ਤਜਰਬੇ ਜਿਹੜੇ ਨੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਕਿ ਆਖਿਰ ਅਜਿਹੇ ਕਿਹੜੇ ਨਵੇਂ ਤਰੀਕੇ ਨੇ ਜਿਹੜੇ ਕਿ ਸਰਕਾਰ ਕਿਸਾਨਾਂ ਦੇ ਲਈ ਲੈ ਕੇ ਆ ਰਹੀ ਕਿਉਂਕਿ ਪਰਾਲੀ ਸਾੜਨ ਦਾ ਮੁੱਦਾ ਜਿਹੜਾ ਹੈ ਲਗਾਤਾਰ ਸਰਕਾਰ ਦੇ ਵਿੱਚ ਬਣਿਆ ਰਹਿੰਦਾ ਲਗਾਤਾਰ ਪਿਛਲੀਆਂ ਸਰਕਾਰਾਂ ਵੀ ਕਿਸਾਨਾਂ ਦੇ ਲਈ ਕੋਈ ਨਾ ਕੋਈ ਜਿਹੜੇ ਤਜਰਬੇ ਆ ਉਹ ਲੈ ਕੇ ਆਂਦੀ ਰਹੀ ਹੈ ਤਾਂ ਢਾਲੀਵਾਲ ਸਾਹਿਬ ਨਾਲ ਗੱਲ ਕਰਦੇ ਆ ਢਾਲੀਵਾਲ ਸਾਹਿਬ ਜਿਵੇਂ ਹੁਣ ਵੀ ਗੱਲ ਕੀਤੀ ਆ ਆਖਿਰ ਕਿਹੜੇ ਅਜਿਹੇ ਨਵੇਂ ਤਰੀਕੇ ਨੇ ਨਵੇਂ ਐਕਸਪੈਰੀਮੈਂਟ ਕਿਹੜੇ ਜਿਹੜੇ ਸਰਕਾਰ ਕਰਨ ਜਾ ਰਹੀ ਹੈ ਨਹੀਂ ਨਹੀਂ ਵੇਖੋ ਪਰਾਲੀ ਦਾ ਮੁੱਦਾ ਜਿਹੜਾ ਪੰਜਾਬ ਲਈ ਇੱਕ ਬਹੁਤ ਵੱਡਾ ਸੀਰੀਅਸ ਮੁੱਦਾ ਇਹਦੇ ਲਈ ਅਸੀਂ ਹਰ ਪੱਖ ਤੋਂ ਹਰ ਤਰ੍ਹਾਂ ਜੋ ਜੋ ਵੀ ਸਾਨੂੰ ਸਾਡੇ ਡਾਕਟਰ ਸਾਹਿਬਾਨ ਲੁਧਿਆਣਾ ਯੂਨੀਵਰਸਿਟੀ ਵਾਲੇ ਜੋ ਜੋ ਕੁਛ ਗਾਈਡ ਕਰਦੇ ਕਿਉਂਕਿ ਐਗਰੀਕਲਚਰ ਨੂੰ ਕਿੱਦਾਂ ਡਿਵੈਲਪ ਕਰਨਾ ਕਿਹੜੀਆਂ ਚੀਜ਼ਾਂ ਦਾ ਮਸਲਾ ਕਰਨਾ ਉਹ ਮੇਨ ਤਾਂ ਸਾਡੀ ਯੂਨੀਵਰਸਿਟੀ ਹੈ ਨਾ ਉਹਨਾਂ ਨੇ ਜੋ ਕੁਛ ਸਾਨੂੰ ਕਿਹਾ ਸੀ ਸਾਰੇ ਉਹ ਕੰਮ ਕਰਦੇ ਅਸੀਂ ਮਤਲਬ ਕਰੀਬ ਐਤਕਾ ਸਾਡੇ ਕੋਲ 32,000 ਮਸ਼ੀਨ ਅਸੀਂ ਨਵੀਂ ਦਿੱਤੀ ਹੈ ਹੁਣ ਸਾਡੇ ਕੋਲ 1,22,000 ਦੇ ਕਰੀਬ ਮਸ਼ੀਨ ਜਿਹੜੀ ਆ ਸੁਪਰ ਸੀਡਰ ਜਿਹੜੇ ਉਹ ਹੋ ਗਏ ਪਰਾਲੀ ਨੂੰ ਸਾਂਭ ਸੰਭਾਲ ਵਾਲੇ ਔਰ ਦੂਜਾ ਅਸੀਂ ਮਤਲਬ ਜਾਗਰੂਕ ਮੁਹਿੰਮ ਜਿਹੜੀ ਹੈ 27 ਤਰੀਕ ਨੂੰ ਪਟਿਆਲਾ ਯੂਨੀਵਰਸਿਟੀ ਤੋਂ ਸ਼ੁਰੂ ਕਰ ਰਹੇ ਜਿਹਦੇ ਨਾਲ ਕਿਸਾਨਾਂ ਨੂੰ ਸਭ ਨੂੰ ਜਿਹੜਾ ਲੋਕਾਂ ਨੂੰ ਸਮਝਾਇਆ ਜਾਵੇ ਬੱਚਿਆਂ ਨੂੰ ਭੇਜਿਆ ਜਾਵੇ ਕਿ ਐਤਕਾ ਪਰਾਲੀ ਨਹੀਂ ਸਾੜਨਾ ਜੋ ਕੁਛ ਵੀ ਕਰਨਾ ਪਊਗਾ ਪਰਾਲੀ ਦੀ ਸਾਫ਼ ਸੰਭਾਲ ਲਈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਸਮੱਸਿਆ ਤਾਂ ਇਹ ਹੈ ਨਾ ਕਿ ਜਿਹੜੀ ਪਰਾਲੀ ਹੈ ਉਹਨੂੰ ਸਾੜਿਆ ਮਤਲਬ ਇਹ ਅਸੰਭਵ ਲੱਗਦਾ ਕਿ ਉਹ ਜਿਹੜੀ ਹੈ ਜ਼ਮੀਨ ਦੇ ਵਿੱਚ ਜਦੋਂ ਅਸੀਂ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹਨੇ ਸਮੇਂ ਦੇ ਵਿੱਚ ਸੜ ਨਹੀਂ ਪਾਉਂਦੀ ਕਿਸਾਨ ਵੇਟ ਨਹੀਂ ਕਰਦੇ ਨਹੀਂ ਇੱਦਾਂ ਨਹੀਂ ਹੈ ਜਿਹੜੇ ਸੁਪਰ ਸੀਡਰ ਹੈ ਉਹ ਇਸੇ ਕੰਮ ਲਈ ਉਹ ਪਰਾਲੀ ਨੂੰ ਜਿਹੜਾ ਜ਼ਮੀਨ ਦੇ ਅੰਦਰ ਭੇਜਦੇ ਆ ਔਰ ਬਹੁਤ ਵਧੀਆ ਢੰਗ ਦੇ ਨਾਲ ਉਹਦੇ ਰਿਜ਼ਲਟ ਆਏ ਪਿਛਲੇ ਸਾਲਾਂ ਦੇ ਜਿਹੜੀ ਕਣਕ ਉਸ ਢੰਗ ਨਾਲ ਬੀਜੀ ਲੋਕਾਂ ਨੇ ਉਹਦੇ ਰਿਜ਼ਲਟ ਮੇਰਾ ਖਿਆਲ ਐਤਕਾਂ ਵੀ ਬਹੁਤ ਵਧੀਆ ਹੋਣਗੇ ਇੱਦਾਂ ਦੀ ਕੋਈ ਗੱਲ ਨਹੀਂ ਸਾਹਿਬ ਇੱਕ ਜਿਹੜਾ ਮਸਲਾ ਜਿਹੜਾ ਹੈ ਸਰਕਾਰ ਦੇ ਵਿੱਚ ਹੁਣ ਸਾਹਮਣੇ ਆ ਰਿਹਾ ਸੀਐਮ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਡੀ ਪਲੇਨ ਕੀਤਾ ਗਿਆ ਮਸਲਾ ਕੀ ਹੈ ਕੀ ਮਾਮਲਾ ਹੈ ਕਿਹੜਾ ਡੀ ਪਲੇਨ ਕੀਤਾ ਜੀ ਕੌਣ ਕਹਿੰਦਾ ਹੈ ਕਿਹੜੀ ਹੈ ਵਿਰੋਧੀ ਦੇ ਦੱਸੋ ਜਦੋਂ ਵਿਰੋਧੀ ਤੇ ਐਵੇਂ ਉਹਨਾਂ ਕੋਲ ਕੋਈ ਮਸਲਾ ਨਹੀਂ ਅਕਾਲੀਆਂ ਕਾਂਗਰਸੀਆਂ ਕੋਲ ਉੱਦਾਂ ਹੀ ਬੋਲੀ ਜਾਂਦੇ ਸਭ ਕੁਝ ਠੀਕ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਲ ਇਜ਼ ਵਿਲ ਹੈ ਤੁਸੀਂ ਬਤਾਓ ਨਾ ਬਿਲਕੁਲ ਤਾਂ ਲਗਾਤਾਰ ਜਿਹੜਾ ਆ ਸੀਐਮ ਮਾਨ ਜਦੋਂ ਜਰਮਨ ਦੌਰੇ ਤੇ ਹੁੰਦੇ ਨੇ ਤਾਂ ਖਬਰਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਉਹਨਾਂ ਨੂੰ ਡੀ ਪਲੇਨ ਕਰ ਦਿੱਤਾ ਗਿਆ ਕਿਉਂਕਿ ਉਹ ਜਿਹੜਾ ਇਸ ਹਾਲਾਤ ਦੇ ਵਿੱਚ ਨਹੀਂ ਸੀਗੇ ਅਲਕੋਹਲ ਦੀ ਮਾਤਰਾ ਪਾਈ ਗਈ ਸੀ ਇਹਨਾਂ ਸਭ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਲਗਾਤਾਰ ਸਰਕਾਰ ਨੂੰ ਘੇਰੇ 'ਚ ਲਿਆ ਜਾ ਰਿਹਾ ਸੀਗਾ ਹਾਲਾਂਕਿ ਜਿਹੜੇ ਸੁਖਪਾਲ ਖਹਿਰਾ ਨੇ ਉਹਨਾਂ ਨੇ ਲਗਾਤਾਰ ਇਹ ਟਵੀਟ ਵੀ ਕੀਤਾ ਇਸ ਗੱਲ ਨੂੰ ਲੈ ਕੇ ਪਰ ਸਰਕਾਰ ਦੇ ਜਿਹੜੇ ਵਜ਼ੀਰ ਨੇ ਮੰਤਰੀ ਨੇ ਉਹਨਾਂ ਦੇ ਵੱਲੋਂ ਕਹਿਣਾ ਕਿ ਅਜਿਹਾ ਕੁਝ ਵੀ ਨਹੀਂ ਸੀ ਸਭ ਠੀਕ ਹੈ ਅਤੇ ਬਾਕੀ ਜਿਹੜੇ ਜਵਾਬ ਨੇ ਸੀਐਮ ਸਾਹਿਬ ਆਪ ਪੰਜਾਬ ਆ ਕੇ ਦੇਣਗੇ